ਸਤਿ ਸ਼੍ਰੀ ਅਕਾਲ, ਵੈਲਕਮ ਟੂ ਬਲਿਬਰਟ ਰਿਵੋ। ਮੈਂ ਹਾਂ ਜਤਿੰਦਰ ਸਿੰਘ। ਸ਼ੈਨਗਨ ਦਾ ਵੀਜ਼ਾ ਰਿਫਿਊਜ਼ਲ ਤੋਂ ਬਾਅਦ ਵੀ ਲਿਆ ਜਾ ਸਕਦਾ ਹੈ, ਭਾਵੇਂ ਤੁਹਾਡੇ 2 ਰਿਫਿਊਜ਼ਲ ਨੇ, ਭਾਵੇਂ ਤੁਹਾਡੇ 3 ਰਿਫਿਊਜ਼ਲ ਨੇ, ਫਿਰ ਵੀ ਤੁਸੀਂ ਵੀਜ਼ਾ ਲੈ ਸਕਦੇ ਹੋ। ਅੱਜ ਤੁਹਾਡੇ ਨਾਲ ਉਵੇਂ ਹੀ ਇੱਕ ਰਿਵਿਊ ਅਸੀਂ ਸ਼ੇਅਰ ਕਰਨ ਲੱਗੇ ਹਾਂ। ਇਹ ਨੇ ਸਤਨਾਮ ਸਿੰਘ, ਮੋਗੇ ਤੋਂ ਆਏ ਸੀਗੇ, ਸਾਡੇ ਕੋਲ ਅਪਲਾਈ ਕੀਤਾ ਸੀ ਇਹਨਾਂ ਨੇ ਫਰਾਂਸ ਦਾ ਟੂਰਿਸਟ ਵੀਜ਼ਾ। ਅਤੇ ਇਹਨਾਂ ਨੇ ਪਹਿਲਾਂ ਆਲਰੇਡੀ 2 ਵਾਰੀ ਵੀਜ਼ਾ ਅਪਲਾਈ ਕੀਤਾ ਸੀਗਾ ਅਤੇ 2 ਵਾਰੀ ਇਹਨਾਂ ਦਾ ਸ਼ੈਨਗਨ ਵੀਜ਼ਾ ਰਿਫਿਊਜ਼ ਸੀਗਾ। ਉਸ ਤੋਂ ਬਾਅਦ ਹੀ ਸਾਨੂੰ ਮਿਲੇ, ਅਸੀਂ ਇਹਨਾਂ ਦੀ ਪ੍ਰੋਫਾਈਲ ਦੇਖੀ, ਜੋ ਵੀ ਉਹਦੇ 'ਚ ਕਮੀਆਂ ਸੀਗੀਆਂ ਉਹ ਦੂਰ ਕਰਵਾਈਆਂ। ਦੈਨ ਇਹਨਾਂ ਦਾ ਵੀਜ਼ਾ ਜੋ ਅਸੀਂ ਅਪਲਾਈ ਕਰਵਾਇਆ ਅਤੇ ਇਹਨਾਂ ਦਾ ਵੀਜ਼ਾ ਜੋ ਹੈ ਅਪਰੂਵ ਹੋ ਗਿਆ। ਇਹਨਾਂ ਦੇ ਜੋ ਵੀਡੀਓ ਰਿਵਿਊ ਨੇ ਇਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਨੇ। ਸਤਿ ਸ਼੍ਰੀ ਅਕਾਲ, ਵੈਲਕਮ ਟੂ ਬਲਿਬਰਟ ਰਿਵੋ। ਮੈਂ ਜਤਿੰਦਰ ਸਿੰਘ। ਅਸੀਂ ਇੱਕ ਫਰਾਂਸ ਦਾ ਟੂਰਿਸਟ ਵੀਜ਼ਾ ਅਪਲਾਈ ਕੀਤਾ ਸੀ, ਇਹਨੇ ਸਤਨਾਮ ਸਿੰਘ ਮੋਗੇ ਤੋਂ, ਇਹਨਾਂ ਨੇ ਔਨਲਾਈਨ ਸਰਵਿਸ ਸਾਡੇ ਥਰੂ ਲਈ ਸੀ ਅਤੇ ਇਹਨਾਂ ਨੂੰ ਫਰਾਂਸ ਦਾ ਟੂਰਿਸਟ ਵੀਜ਼ਾ ਜੋ ਰਿਸੀਵ ਹੋਇਆ ਅਤੇ ਅੱਜ ਅਸੀਂ ਇਹਨਾਂ ਨੂੰ ਡਿਲੀਵਰ ਕਰ ਰਹੇ ਹਾਂ। ਹਾਂਜੀ, ਹੁਣੇ ਰਿਵਿਊ ਦੇਣਗੇ ਤੁਹਾਨੂੰ ਸਾਡੇ ਬਾਰੇ ਕਿ ਇਹਨਾਂ ਦੀ ਸਰਵਿਸ ਇਹਨਾਂ ਨੂੰ ਸਾਡੀ ਕਿਵੇਂ ਦੀ ਲੱਗੀ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਮੈਂ 2 ਵਾਰੀ ਆਪਣਾ ਕੀਤਾ ਸੀਗਾ ਜੀ ਸ਼ੈਨਗਨ ਦਾ ਵੀਜ਼ਾ, ਅਤੇ 2 ਵਾਰੀ ਰਿਜੈਕਟ ਹੋ ਗਿਆ ਸੀ, ਪੰਜਾਬ ਤੋਂ ਗਿਆ ਸੀਗਾ। ਅਤੇ ਉਸ ਤੋਂ ਬਾਅਦ 'ਚ ਸਰ ਦੀ ਮੈਂ ਵੀਡੀਓ ਦੇਖਦਾ ਸੀ, ਔਨਲਾਈਨ ਮੈਂ ਸਰਵਿਸ ਲਈ ਆ। ਅਤੇ ਤੁਸੀਂ ਵੀ ਆਪਣਾ ਸਰ ਦੀ ਸਰਵਿਸ ਬਹੁਤ ਵਧੀਆ, ਤੁਸੀਂ ਵੀ ਆਪਦਾ ਇੱਕ ਵਾਰੀ ਆ ਕੇ ਮਿਲੋ ਜ਼ਰੂਰ। ਹਾਂਜੀ ਸਰ, ਤੁਸੀਂ ਵੀ ਆਪਣਾ ਆ ਕੇ ਬਲਿਊ ਬਾਰਡ ਦੀ ਸਰਵਿਸ ਲੈ ਕੇ ਲੈ ਸਕਦੇ ਹਾਂ। ਤੁਸੀਂ ਇੱਕ ਵਾਰ ਆ ਕੇ ਜ਼ਰੂਰ ਸਰ ਨੂੰ ਮਿਲੋ, ਸਰ ਦੀ ਸਰਵਿਸ ਬਹੁਤ ਵਧੀਆ, ਅਤੇ ਵੀਜ਼ਾ ਆਪਣਾ ਹਾਸਲ ਕਰੋ। ਦੇਖੋ, ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਲਿਆ ਜਾ ਸਕਦਾ, ਐਵੇਂ ਨਹੀਂ ਹੈ ਕਿ ਰਿਫਿਊਜ਼ਲ ਤੋਂ ਬਾਅਦ ਵੀਜ਼ਾ ਨਹੀਂ ਆਉਂਦਾ। ਕਾਫੀ ਨੂੰ ਐਵੇਂ ਲੱਗਦਾ ਕਿ ਜੇ ਸ਼ੈਨਗਨ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਹੁਣ ਵੀਜ਼ਾ ਆਉਣਾ ਹੀ ਨਹੀਂ ਹੈਗਾ, ਤਾਂ ਕਿਸੇ ਹੋਰ ਕੰਟਰੀ 'ਚ ਅਪਲਾਈ ਕਰੀਏ। ਜੇ ਤੁਹਾਡਾ ਟਾਰਗੇਟ ਹੈ ਸ਼ੈਨਗਨ 'ਚ ਜਾਣ ਦਾ, ਤੁਸੀਂ ਯੂਰਪ 'ਚ ਸੈਟਲ ਹੋਣ ਬਾਰੇ ਸੋਚ ਰਹੇ ਹੋ, ਦੈਨ ਡੈਫੀਨੇਟਲੀ ਤੁਹਾਨੂੰ ਜੋ ਹੈ ਕਿ ਦੁਬਾਰਾ ਰੀਅਪਲਾਈ ਕਰ ਲੈਣਾ ਚਾਹੀਦਾ। ਸਭ ਤੋਂ ਪਹਿਲਾਂ ਤੁਹਾਨੂੰ ਕਮੀਆਂ ਦੇਖ ਲੈਣੀ ਚਾਹੀਦੀ ਹੈ, ਤੁਹਾਡੀ ਪ੍ਰੋਫਾਈਲ 'ਚ ਕਮੀ ਕੀ ਸੀਗੀ। ਜੇ ਤੁਹਾਡੀ ਪ੍ਰੋਫਾਈਲ 'ਚ ਕਮੀ ਨਹੀਂ ਸੀ ਤਾਂ ਜਿਹੜਾ ਟਰੈਵਲ ਪਲਾਨ ਤੁਸੀਂ ਸ਼ੋਅ ਕੀਤਾ ਸੀ ਉਹਦੇ ਵਿੱਚ ਕਮੀ ਤਾਂ ਨਹੀਂ ਸੀਗੀ। ਜੇ ਉਹਦੇ 'ਚ ਕਮੀ ਆ ਉਹ ਦੂਰ ਕਰੋ, ਜੇ ਤੁਹਾਡੇ ਪ੍ਰੋਫਾਈਲ 'ਚ ਕਮੀ ਆ ਤਾਂ ਪ੍ਰੋਫਾਈਲ ਦੀ ਕਮੀ ਨੂੰ ਦੂਰ ਕਰੋ। ਕਮੀਆਂ ਜੋ ਸੀਗੀਆਂ ਉਹਨਾਂ ਨੂੰ ਦੂਰ ਕਰਕੇ ਤੁਸੀਂ ਰੀਅਪਲਾਈ ਕਰ ਦਿਓ ਆਪਣਾ ਵੀਜ਼ਾ, ਤੁਹਾਨੂੰ ਵੀਜ਼ਾ ਜਿਹੜਾ ਉਹ ਮਿਲ ਸਕਦਾ। ਕਈ ਵਾਰ ਇਹ ਵੀ ਡਾਊਟ ਹੁੰਦਾ ਕਿ ਅਸੀਂ ਕਿਹੜੀ ਕੌਂਸਲੇਟ ਦੇ ਵਿੱਚ ਵੀਜ਼ਾ ਅਪਲਾਈ ਕਰੀਏ, ਤੁਹਾਨੂੰ ਆਪਣੀ ਪ੍ਰੋਫਾਈਲ ਦੇਖਣੀ ਪੈਣੀ ਹੈ। ਕਿਉਂਕਿ ਜਦੋਂ ਪ੍ਰੋਫਾਈਲ ਤੁਹਾਨੂੰ ਸਮਝ ਨਹੀਂ ਆ ਰਹੀ ਕਿ ਤੁਹਾਡਾ ਵੀਜ਼ਾ ਕਿਉਂ ਰਿਫਿਊਜ਼ ਹੋਇਆ ਹੈ, ਤੁਹਾਨੂੰ ਲੱਗਦਾ ਕਿ ਤੁਹਾਡੀ ਪ੍ਰੋਫਾਈਲ ਜਿਹੜੀ ਆ ਬਿਲਕੁਲ ਠੀਕ ਸੀ, ਫਿਰ ਵੀ ਵੀਜ਼ਾ ਰਿਫਿਊਜ਼ ਹੋ ਗਿਆ, ਦੈਨ ਤੁਸੀਂ ਆਪਣੀ ਕੌਂਸਲੇਟ ਜਿਹੜੀ ਹੈ ਚੇਂਜ ਕਰਕੇ ਫਾਈਲ ਲਾ ਦਿਓ। ਬਟ ਜੇ ਤੁਹਾਡੀ ਪ੍ਰੋਫਾਈਲ 'ਚ ਕਮੀ ਸੀਗੀ ਜਾਂ ਕੁਛ ਸੀਗਾ ਜੋ ਤੁਸੀਂ ਦੂਰ ਕਰ ਸਕਦੇ ਹੋ, ਫਿਰ ਭਾਵੇਂ ਸੇਮ ਕੌਂਸਲੇਟ 'ਚ ਲਾ ਦਿਓ। ਲਾਸਟ ਵੀਡੀਓ 'ਚ ਮੈਂ ਗੱਲ ਕੀਤੀ ਸੀ ਕੌਂਸਲੇਟ ਚੇਂਜ ਕਰਕੇ ਵੀ ਤੁਸੀਂ ਵੀਜ਼ਾ ਲੈ ਸਕਦੇ ਹੋ। ਬਟ ਇੱਕ ਗੱਲ ਹੋਰ ਵੀ ਹੁੰਦੀ ਹੈ, ਜੇ ਤੁਸੀਂ ਹੁਣ ਜਿਵੇਂ ਸਿੰਗਲ ਅਪਲਾਈ ਕੀਤਾ ਅਤੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਸੈਕਿੰਡ ਟਾਈਮ ਤੁਸੀਂ ਆਪਣੀ ਵਾਈਫ ਦੇ ਨਾਲ ਅਪਲਾਈ ਕਰ ਰਹੇ ਹੋ, ਸੇਮ ਕੌਂਸਲੇਟ 'ਚ ਵੀ ਲਾ ਦਿਓ, ਤੁਹਾਨੂੰ ਵੀਜ਼ਾ ਮਿਲ ਸਕਦਾ ਕਿਉਂਕਿ ਤੁਹਾਡੀ ਪ੍ਰੋਫਾਈਲ ਚੇਂਜ ਹੋ ਗਈ। ਸਿਮਲਰ ਫਾਈਲ ਦੇ ਨਾਲ ਸੇਮ ਕੌਂਸਲੇਟ 'ਚ ਫਾਈਲ ਲਾਉਣ ਦਾ ਕੋਈ ਬੈਨੀਫਿਟ ਨਹੀਂ ਹੈ। ਜੇ ਸਿਮਲਰ ਫਾਈਲ ਹੈ ਉਹਦੇ ਵਿੱਚ ਕੋਈ ਚੇਂਜਸ ਨਹੀਂ ਹੋ ਰਹੀਆਂ, ਦੈਨ ਤੁਸੀਂ ਕੌਂਸਲੇਟ ਚੇਂਜ ਕਰਕੇ ਲਾਓ, ਤੁਹਾਨੂੰ ਵੀਜ਼ਾ ਮਿਲ ਸਕਦਾ। ਐਵੇਂ ਦੀ ਚੀਜ਼ਾਂ ਹੁੰਦੀਆਂ ਨੇ, ਉਸ ਤਰੀਕੇ ਨਾਲ ਤੁਸੀਂ ਜਿਹੜਾ ਹੈ ਕਿ ਆਪਣਾ ਰੀਅਪਲਾਈ ਕਰਕੇ ਵੀ ਵੀਜ਼ਾ ਲੈ ਸਕਦੇ ਹੋ। ਇਹ ਚੀਜ਼ਾਂ ਪੋਸੀਬਲ ਨੇ, ਵੀਜ਼ਾ ਆਉਂਦੇ ਨੇ। ਜੇ ਤੁਸੀਂ ਵੀ ਸ਼ੈਨਗਨ ਤੋਂ ਰਿਫਿਊਜ਼ ਹੋ, ਭਾਵੇਂ ਇੱਕ ਵਾਰੀ ਭਾਵੇਂ 2 ਵਾਰੀ, ਫਿਰ ਵੀ ਤੁਸੀਂ ਆਪਣਾ ਵੀਜ਼ਾ ਲੈ ਸਕਦੇ ਹੋ। ਜੇ ਤੁਸੀਂ ਬਲਿਊਬਰਡ ਦੀ ਸਰਵਿਸ ਲੈਣਾ ਚਾਹੁੰਦੇ ਹੋ ਤਾਂ ਸਾਡੀ ਟੀਮ ਨਾਲ ਕੰਟੈਕਟ ਕਰਕੇ ਆਪਣਾ ਸ਼ੈਨਗਨ ਵੀਜ਼ਾ ਅਪਲਾਈ ਕਰਵਾ ਸਕਦੇ ਹੋ। ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਏਗੀ। ਜੇ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ। ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਮਿਲਦੇ ਫਿਰ ਇੱਕ ਨਵੀਂ ਵੀਡੀਓ 'ਚ ਨਵੀਂ ਇਨਫੋਰਮੇਸ਼ਨ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।